पुलिस कमिश्नर स्वपन शर्मा के नेतृत्व में जालंधर कमिश्नरेट पुलिस ने एक बड़ी सफलता हासिल करते हुए खुद को नगर निगम अधिकारी बताकर लोगों से पैसे ऐंठने वाले चार सदस्यीय गिरोह का भंडाफोड़ किया है इस संबंध में जानकारी देते हुए पुलिस कमिश्नर ने बताया कि चतर सिंह निवासी ढिलवाने ने सनी महेंद्रू अजय कुमार मिष्टी और मनप्रीत सिंह के खिलाफ जबरन वसूली के आरोप में शिकायत दर्ज करवाई थी उन्होंने कहा कि शिकायतकर्ता ने आरोप लगाया था कि ये चारों खुद को जालंधर नगर निगम का फील्ड अधिकारी बताकर उसके निर्माणाधीन घर पर आए थे स्वपन शर्मा ने बताया कि इन ठगों ने चतर सिंह से कहा कि भवन निर्माण की कोई अनुमति नहीं है और इसे गिराने की धमकी भी दी जिसके बाद उन्होंने दस हज़ार रुपयों की मांग की जिसके बाद उसने उन्हें पाँच हज़ार रुपये दिए स्वपन शर्मा ने बताया कि हालांकि शुरुआती भुगतान के के बाद इमारत के मालिक को धोखेबाजों के व्यवहार पर संदेह हो गया जिसके कारण उन्होंने तुरंत ईआरएस टीम और पुलिस स्टेशन को फोन किया जिसके बाद पुलिस बल ने तुरंत चार सदस्यी गिरोह को पकड़ लिया जिनकी पहचान मनप्रीत सिंह निवासी मोहल्ला नंबर 170 बी अवतार नगर सनी महेंद्रू निवासी मकान नंबर 55 न्यू बलदेव नगर किशनपुरा जालंधर अजय कुमार निवासी तेल वाली गली छोटा अली मोहल्ला जालंधर और मिष्टी निवासी मॉडल हाउस जालंधर के रूप में हुई है जिनके पास से पाँच हजार रुपये नकद और चार मोबाइल फोन बरामद किए गए हैं पुलिस कमिश्नर ने बताया कि इस ਸੰਬੰਧੀ थाना राममंडी जालंधर में आईपीसी के तहत एफआईआर दर्ज की गई है उन्होंने कहा कि मामले की आगे की जांच की जा रही है और विवरण बाद में साझा किया जाएगा जालंधर से पंकज शर्मा की रिपोर्ट ए अपना घर दी उसारी कर रहया सीगा ओदे विच परसों दिन ਕੁਝ ਵਿਅਕਤੀ ਇਹਰੇ ਘਰ ਆਏ ਜੋ ਕਿ ਆਪਣੇ ਆਪ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਫੀਲਡ ਆਫੀਸਰ ਦੱਸਦੇ ਹੋਏ ਉਹਨੂੰ ਦੱਸ ਕੇ ਗਏ ਕਿ ਤੇ ਘਰ ਦੀ ਸਾਰੀ ਜਿਹੜੀ ਹੈ ਗਲਤ ਤਰੀਕੇ ਨਾਲ ਕਰ ਰਹੇ ਆ ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ ਉਸ ਵਕਤ ਇਸ ਜਿਹੜਾ ਚਤਰ ਸਿੰਘ ਸੀਗਾ ਉਹ ਘਰ હાજર ਨਹੀਂ ਸੀਗਾ ਤੇ ਉਹਦੇ ਫਾਦਰ ਨੂੰ ਇਹ ਵਿਅਕਤੀ ਆਪਣਾ ਫੋਨ ਨੰਬਰ ਦੇ ਗਏ ਤੇ ਉਹਨੂੰ ਕਹਿ ਕੇ ਗਏ ਕਿ ਸਾਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਕੀਤਾ ਜਾਵੇ ਕੱਲ ਸੁਇਰੇ ਜਦੋਂ ਚਤਰ ਸਿੰਘ ਨੇ ਇਹਨਾਂ ਬੰਦਿਆਂ ਦੇ ਨਾਲ ਤਾਲਮੇਲ ਕਾਇਮ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਜਗ੍ਹਾ ਦੇ ਉੱਤੇ ਇਸ ਨੰਬਰ ਦੇ ਉੱਤੇ ਆ ਕੇ ਸਾਨੂੰ ਸ਼ਹਿਰ ਮਿਲ ਉਹਨੇ ਦੱਸਿਆ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਦਾਦਾ ਹਸਪੀਟਲ ਪਠਾਨਕੋਟ ਚੌਂਕ ਜਾ ਰਿਹਾ ਹਾਂ ਤੇ ਉਹਨਾਂ ਨੇ ਇੱਕ ਅਰਜ਼ ਉਥੇ ਕਾਲੀ ਪਾਈ ਕਿ ਸਾਨੂੰ ਇੱਥੇ ਹੀ ਅਸੀਂ ਆ ਜੰਨੇ ਆ ਅਸੀਂ ਵੀ ਇਸੇ ਏਰੀਆ ਦੇ ਵਿੱਚ ਫਿਰ ਰਹੇ ਆ ਤੇ ਅਸੀਂ ਤੈਨੂੰ ਇੱਥੇ ਹੀ ਆ ਕੇ ਮੁਲਾਕਾਤ ਕਰਦੇ ਹਾਂ ਜਦ ਇਹ ਵਿਅਕਤੀ ਚਤਰ ਸਿੰਘ ਨੂੰ ਮਿਲੇ ਤੇ ਉਹਨਾਂ ਨੇ ਉਹਨਾਂ ਨੂੰ ਰਾਇਆਤਮ ਕਾਇਆ ਤੇ ਕਿਹਾ ਕਿ ਤੇਰੇ ਕੋ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ ਉਸਾਰੀ ਕਰਨ ਦੀਆਂ ਤੇਰੇ ਕੋਲ ਐਨਓਸੀ ਨਹੀਂ ਹੈ ਡਿਪਾਰਟਮੈਂਟ ਦੀ ਜਿਹਦੇ ਜੋ ਕਿ ਤੈਨੂੰ ਇੱਕ ਕਾਗਜ਼ ਪੱਤਰ ਪੂਰੇ ਕਰਨ ਵਾਸਤੇ 2.5 ਤੋਂ 3 ਲੱਖ ਰੁਪਈਆ ਜਿਹੜਾ ਲੱਗੇਗਾ ਪਰ ਕਿਉਂਕਿ ਤੇਰੇ ਕੋਲ ਇਹ ਕਾਗਜ਼ ਪੱਤਰ ਨਹੀਂ ਹਨ ਸੋ ਇਹ ਉਸਾਰੀ ਜਿਹੜੀ ਹੈ ਤੇਰੀ ਟਾ ਦਿੱਤੀ ਜਾਏਗੀ ਜਿਹੜੀ ਕਿ ਇਹਨਾਂ ਚੋਂ ਇੱਕ ਲੜਕੀ ਜਿਹੜੀ ਸੀਗੀ ਮਿਸਟੀ ਨਾਮਕ ਉਹਨੂੰ ਉਹਨਾਂ ਨੇ ਆਪਣਾ ਫੀਲਡ ਆਫੀਸਰ ਦੱਸਿਆ ਤੇ ਦੱਸਿਆ ਕਿ ਇਹਦੇ ਅੰਡਰ ਹੀ ਇਹ ਸਾਰਾ ਉਸਾਰੀ ਦਾ ਕਰਨ ਅਤੇ ਟਾਉਣ ਦਾ ਕੰਮ ਹੈ ਸੋ ਹੁਣੇ ਆਰਡਰ ਅਸੀਂ ਇਹ ਮੈਡਮ ਨੇ ਕਰ ਦਿੱਤੇ ਤਾਂ ਤੇਰਾ ਸ਼ਾਮ ਤੱਕ ਹੀ ਅਸੀਂ ਇਹ ਸਾਰੀ ਉਸਾਰੀ ਢਾ ਦੇਣੀ ਹੈ ਉੱਥੇ ਇਹਨਾਂ ਨੇ ਉਹਦੇ ਕੋਲੋਂ 10000 ਰੁਪਏ ਦੀ ਮੰਗ ਕੀਤੀ ਕਿ ਸਾਨੂੰ 10000 ਰੁਪਏ ਦੇ ਤਾਂ ਤੇਰਾ ਮਸਲਾ ਇੱਥੇ ਹੀ ਰਫਾ-ਦਫਾ ਕਰ ਦਿੰਨੇ ਆ ਜਦੋਂ ਇਹ ਗੱਲਬਾਤ ਹੋ ਰਹੀ ਸੀਗੀ ਤੇ ਮੁਦਈ ਨੂੰ ਇਹਨਾਂ ਦੀ ਗੱਲਬਾਤਾਂ ਤੋਂ ਇਹਨਾਂ ਤੇ ਸ਼ੱਕ ਹੋਣਾ ਸ਼ੁਰੂ ਹੋਇਆ ਉਹਨੇ 5000 ਰੁਪਏ ਤੇ ਇਹਨਾਂ ਨੂੰ ਅਦਾ ਕਰ ਦਿੱਤੇ ਲੇਕਿਨ ਨਾਲ ਹੀ ਉੱਥੇ ਜਿਹੜੀ ਸਾਡੀ ਪੀਸੀਆਰ ਸੀਗੀ ਉਹਨੂੰ ਇਨਫਾਰਮ ਕੀਤਾ ਜੋ ਪੀਸੀਆਰ ਨੇ ਤੁਰੰਤ ਮੌਕੇ ਤੇ ਆ ਕੇ ਇਹ ਚਾਰੋਂ ਜਿਹੜੇ ਵਿਅਕਤੀ ਸੀਗੇ ਨਾਲ ਹੀ ਸਾਡਾ ਮੁਦਈ ਇਹ ਸਾਰਿਆਂ ਨੂੰ ਲੈ ਕੇ ਥਾਣੇ ਆ ਕੇ ਜਦੋਂ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਸਮਝ ਆਇਆ ਕਿ ਇਹ ਜਿਹੜੇ ਚਾਰ ਵਿਅਕਤੀ ਨੇ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਮਿਊਨਿਸਪਲ ਕਾਰਪੋਰੇਸ਼ਨ ਨਾਲ ਸਬੰਧਤ ਨਹੀਂ ਹਨ ਇਹਨਾਂ ਕੋਲ ਕੋਈ ਰਾਈਟ ਨਹੀਂ ਸੀਗੀ ਕਿ ਇਹ ਕਿਸੇ ਵੀ ਵਿਅਕਤੀ ਕੋਲ ਜਾ ਕੇ ਉਹਦੇ ਕੋਲੋਂ ਇਹੋ ਜੀ ਐਨਓਸੀ ਬਾਰੇ ਜਾਂ ਕੋਈ ਵੀ ਉਹਦੀ ਉਸਾਰੀ ਬਾਰੇ ਗੱਲਬਾਤ ਕਰਨ ਇਹ ਸਿਰਫ ਤੇ ਸਿਰਫ ਉਹਨੂੰ ਠੱਗਣਾ ਚਾਹੁੰਦੇ ਸਨ ਉਹਨੂੰ ਡਰਾ ਧਮਕਾ ਕੇ ਉਹਦੇ ਕੋਲੋਂ ਪੈਸੇ ਕਢਵਾਉਣਾ ਚਾਹੁੰਦੇ ਸਨ